सर मैं पता कर लेना अंदर जाके, आज मुलाकात जो मेनू हुक्म लगे है जो रूल अनुसार अज मुलाकात नहीं बनती, बस मैंने जेड़े गिल साहब आए थी गल करन ਉਹਨਾਂ ਦਾ ਤੌਰ ਤਰੀਕਾ ਹੀ ਵੇਖ ਲਓ ਗੱਲ ਕਰਨ ਦਾ ਇਹੋ ਜਿਹਾ ਸੀ। ਫੋਨ ਆਈ ਜਾਂਦੇ ਸੀ ਮੈਨੂੰ ਲੱਗਦਾ ਮੁੱਖ ਮੰਤਰੀ ਦੇ ਵਿੱਚੋਂ ਕਿ ਬਸ ਤੂੰ ਕਹਿਤਾ ਜੋ ਕਹਿਣਾ ਮੁੜਿਆ। ਇਹ ਸਭ ਭਗਵੰਤ ਸਿੰਘ ਮਾਨ ਹੋਰਾਂ ਦੇ ਹੁਕਮ ਆਏ। ਮੈਂ ਅਸੀਂ ਆਈ ਐਮ ਟੂ ਜੂਨੀਅਰ ਪਰ ਕਿਉਂ ਹੋ ਰਹੇ ਹੈ ਇਹ ਜਿਵੇਂ ਜੇਲ੍ਹਾਂ ਦੀ ਮੁਲਾ ਇਸ ਤਾਂ ਕੋਈ ਪ੍ਰੋਬਲਮ ਤਾਂ ਨਹੀਂ ਹੋ। ਸੂਬੇ ਦੇ ਏਡੀਜੀਪੀ ਕੋਲੋਂ ਪਰਮਿਸ਼ਨ ਲੈ ਕੇ ਇੱਥੇ ਪਹੁੰਚਿਆ ਹੈ। ਉਹੀ ਪਰਮਿਸ਼ਨ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲੀ ਸੀ। ਉਹੀ ਸ਼ਬਦ ਨੇ ਚਿੱਠੀ ਦੇ ਵਿੱਚ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖ ਕੇ ਪਰਮਿਸ਼ਨ ਦਿੱਤੀ ਸੀ ਤੇ ਅਸੀਂ ਵੀ ਉਸੇ ਚਿੱਠੀ ਦੇ ਆਧਾਰ ਤੇ ਸੇਮ ਚਿੱਠੀ ਸਾਨੂੰ ਜਾਰੀ ਹੋਈ ਹੈ। ਮਗਰ ਇੱਥੇ ਆ 144 ਕੱਲੀ ਨਹੀਂ ਲਾਈ, ਬੈਰੀਕੇਡਿੰਗ ਕਰਕੇ ਹਾਲਾਤ ਇਹ ਜੇ ਬਣਾਤੇ ਕਿ ਇਹਨਾਂ ਨੂੰ ਮਿਲਣ ਨਹੀਂ ਦੇਣਾ। ਜੇ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਇਸ ਭੁੱਖ ਹੜਤਾਲ 'ਚ ਬਹਿੰਦੇ ਆ, ਉਹਨਾਂ ਦੀ ਸਿਹਤ ਵਿਗੜਦੀ ਹੈ, ਉਹਨਾਂ ਨੂੰ ਕੋਈ ਕਿਸੇ ਤਰੀਕੇ ਦਾ ਨੁਕਸਾਨ ਹੁੰਦਾ, ਉਹਦੇ ਲਈ ਸਿੱਧੇ ਜ਼ਿੰਮੇਵਾਰ ਭਗਵੰਤ ਮਾਨ ਤੇ ਕੇਜਰੀਵਾਲ ਹੋਣਗੇ। ਇਹ ਗੱਲ ਉਹ ਕੰਨ 'ਚ ਪਾ ਲਵੇ। ਲਾਰੈਂਸ ਬਿਸ਼ਨੋਈ ਦੀ ਤਾਂ ਭਾਈ ਤੂੰ ਇੰਟਰਵਿਊ ਕਰਵਾ ਸਕਦਾ। ਲਾਰੈਂਸ ਬਿਸ਼ਨੋਈ ਨੂੰ ਭਗਵੰਤ ਮਾਨ ਤੂੰ ਆਲਾ ਫੈਸਿਲਿਟੀਆਂ ਦੇ ਸਕਦਾ। ਲਾਰੈਂਸ ਬਿਸ਼ਨੋਈ ਨੂੰ ਜੋ ਉਹਨੇ ਖਾਣਾ, ਜੋ ਉਹਨੇ ਪੀਣਾ, ਜਿਹੜੀ ਉਹ ਸਹੂਲਤ ਪਾਲਦਾ ਉਹ ਛੱਡੋ, ਸਮਾਰਟਫੋਨ ਛੱਡੋ, ਉਹ ਜਿਹਦੀ ਮਰਜ਼ੀ ਕੰਟਰੈਕਟ ਕਿਲਿੰਗ ਆਪ ਦੀ ਫਰੋਤੀ ਲੈ ਸਕਦਾ ਤੇ ਜਿਹੜਾ ਕੌਮ ਖਾਤਰ ਲੜਦਾ ਹੋਵੇ ਉਹਨੂੰ ਅਸੀਂ ਮਿਲ ਨਹੀਂ ਸਕਦੇ। ਤੁਸੀਂ ਗੱਲ ਕਰਦੇ ਸੀ ਮੁਖਤਿਆਰ ਅੰਸਾਰੀ ਦੀ, ਭਾਵੇਂ ਉਹ ਕਾਂਗਰਸ ਵੇਲੇ ਬੰਦ ਸੀ, ਰੌਲਾ ਤਾਂ ਇਹਨਾਂ ਦਾ ਵਜ਼ੀਰ ਪਾਉਂਦਾ ਸੀ ਕਿ ਅਸੀਂ ਜਨਤਕ ਕਰਾਂਗੇ ਇਨਕੁਆਇਰੀ। ਕੀ ਹੋਇਆ ਉਸ ਇਨਕੁਆਇਰੀ ਦਾ? ਜਦ ਤੁਹਾਡੇ ਆਪ ਦਾ ਕੋਈ ਮਤਲਬ ਦਾ ਬੰਦਾ ਲਾਰੈਂਸ ਬਿਸ਼ਨੋਈ ਜਾਂ ਤੁਹਾਡਾ ਕੋਈ MLA ਅੰਦਰ ਦਿੱਤਾ ਜਾਂਦਾ ਗੱਜਣ ਮਾਜਰਾ ਸੀ, ਉਹਨੂੰ ਹਸਪਤਾਲ ਹੀ ਇੰਨੇ ਦਿਨ ਪਹੁੰਚਾ ਛੱਡਿਆ ਕਿ ਕਿਤੇ ED ਉਹਦੀ ਰਿਮਾਂਡ ਨਾ ਲੈ ਲਵੇ। ਪਰਮਿਸ਼ਨ ਤੋਂ ਬਾਅਦ ਹੁਣ ਇਹਨਾਂ ਨੇ ਜੇਲ੍ਹ ਰੂਲ 'ਚ ਕਹਾਣੀ ਕੋਈ ਲੱਭਣੀ ਹੈ, ਟੈਕਨੀਕਲ ਜੀ ਗੱਲ ਕਹਿ ਕੇ ਕਹਿ ਦੇਣਾ ਜੀ ਇਹ ਇਹਨਾਂ ਇਹਨਾਂ ਕਾਰਨਾਂ ਕਰਕੇ ਨਹੀਂ ਮਿਲ ਸਕੇ, ਅਤੇ ਭਾਈ ਸਾਨੂੰ ਪਹਿਲਾਂ ਲਿਖ ਕੇ ਦੇ ਦਿੰਦੇ ਨਹੀਂ ਮਿਲ ਸਕਦੇ। ਜੇਲ੍ਹਾਂ 'ਚੋਂ ਹਾਈ ਸਿਕਿਉਰਿਟੀ ਜੇਲ੍ਹਾਂ 'ਚੋਂ ਬਣਨ ਮੂਵੀਆਂ, ਸਿੱਧੂ ਮੂਸੇ ਵਾਲੇ ਕਾਂਡ ਦੇ ਲੋਕ ਉੱਥੇ ਦੇਣ ਧਮਕੀਆਂ ਲੋਕਾਂ ਨੂੰ, ਰੋਜ਼ ਜੇਲ੍ਹਾਂ 'ਚੋਂ ਫੋਨ ਜਾਵੇ ਫਰੋਤੀਆਂ ਦਾ, ਟਾਰਗੇਟ ਕਿਲਿੰਗ ਹੋਵੇ, ਉਹ ਸਭ ਉਹ ਜੇਲ੍ਹ ਰੂਲ ਦੇ ਅਨੁਕੂਲ ਹੈ? ਜਦੋਂ ਬੰਦੀ ਸਿੰਘਾਂ ਦੀ ਗੱਲ ਆ ਜਾਂਦੀ ਹੈ ਤਾਂ ਤੁਹਾਨੂੰ ਜੇਲ੍ਹ ਰੂਲ ਚੇਤੇ ਆ ਜਾਂਦੇ। ਝੂਠਾ ਸਾਧ ਉਹਨੂੰ ਪਰੋਲ ਰੋਜ਼ ਦਿੱਤੀ ਜਾ ਸਕਦੀ ਹੈ ਜਿਹਨਾਂ ਨੂੰ ਅੱਜ ਤੱਕ ਕਦੇ ਪਰੋਲਾਂ ਨਹੀਂ ਮਿਲੀਆਂ, ਘਰ ਨਹੀਂ ਜਾ ਸਕੇ, ਆਪਦੇ ਬਜ਼ੁਰਗਾਂ ਦੇ ਇੱਕ ਦਿਨ ਭੋਗ ਲਈ ਗਏ ਸੀ, ਉਹਨਾਂ ਨੂੰ ਤੁਸੀਂ ਇਹ ਐਟੀਟਿਊਡ ਅਡਾਪਟ ਕਰੋ ਤੇ ਬਰਦਾਸ਼ਤ ਨਹੀਂ ਹੋਣਾ। ਕਰੋ ਭਾਈ ਰਾਜੋਆਣਾ ਦੀ ਭੁੱਖ ਹੜਤਾਲ ਰੁਕਵਾਉਣ ਦੇ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਕੇਂਦਰੀ ਜੇਲ੍ਹ ਪਟਿਆਲਾ ਪਹੁੰਚੇ, ਪਰ ਉਹਨਾਂ ਨੂੰ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਭਾਈ ਰਾਜੋਆਣਾ ਦੇ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਗਈ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਬਿਕਰਮ ਸਿੰਘ ਮਜੀਠੀਆ ਦੀ ਬਹਿਸਬਾਜ਼ੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਭਾਈ ਰਾਜੋਆਣਾ ਦੇ ਨਾਲ ਮੁਲਾਕਾਤ ਕਰਨ ਤੋਂ ਸਾਫ ਸਾਫ ਰੋਕਿਆ ਜਾ ਰਿਹਾ ਤੇ ਉਹਨਾਂ ਦੇ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ। ਮਿਤੀ 15/11/2023 ਦੀ ਕਾਪੀ ਨੱਥੀ ਹੈ, ਭੇਜਦੇ ਹੋਏ ਲਿਖਿਆ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਦੀ ਆ ਗਈ, ਮੈਨੂੰ ਹੁਣ ਜਾਣਾ ਪੈਣਾ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਾਉਣ ਸੰਬੰਧੀ ਪੁਲਿਸ ਕਮਿਸ਼ਨ ਉਹਨੂੰ ਕਾਰਵਾਈ ਮੁਲਾਕਾਤ PPR ਦੇ ਵਿੱਚ ਉਹਦੇ ਜਿਹੜਾ ਵਫਦ ਹੈਗਾ ਉਹਦੀ ਡਿਟੇਲ ਸੀਨੀਅਰ ਅਫਸਰ ਦੱਸ ਸਕਦੇ ਆ। ਮੁਲਾਕਾਤ ਜਦੋਂ ਅੱਜ ਨਹੀਂ ਸਰ, ਮੇਰੀ ਸਮਿਸ਼ਨ ਹੈ ਸਰ ਮੈਂ ਪਤਾ ਕਰ ਲੈਣਾ ਅੰਦਰ ਜਾ ਕੇ, ਅੱਜ ਮੁਲਾਕਾਤ ਜੋ ਮੈਨੂੰ ਹੁਕਮ ਲੱਗਿਆ ਜੋ ਰੂਲ ਅਨੁਸਾਰ ਅੱਜ ਮੁਲਾਕਾਤ ਨਹੀਂ ਬਣਦੀ, ਬਸ ਮੈਨੂੰ ਮੈਨੂੰ ਇੱਕ ਗੱਲ ਸਮਝਾ ਦਿਓ ਕਿ ਮੁਲਾਕਾਤ ਕਦ ਹੋ ਸਕਦੀ ਹੈ? ਤੁਸੀਂ ਸਿਚੁਏਸ਼ਨ ਦੀ ਐਵਰੀ ਡੇ ਐਵਰੀ ਰਿਕੁਐਸਟ ਇਜ਼ ਡਿਫਰੈਂਟ ਸਰ।
ਅੱਜ ਦੀ ਜੋ ਰਿਕੁਐਸਟ ਹੈ ਇਸ ਲੈਟਰ ਦੇ ਆਧਾਰ ਤੇ ਉੱਤੇ ਮੁਲਾਕਾਤ ਨਹੀਂ ਹੋ ਸਕਦੀ। ਇਸ ਤੋਂ ਅੱਗੇ ਜੋ ਹੋਊਗਾ ਉਹ ਸੀਨੀਅਰਸ ਦੱਸ ਸਕਦੇ ਸਰ। ਇਹ ਸਭ ਭਗਵੰਤ ਸਿੰਘ ਮਾਨ ਹੋਰਾਂ ਦੇ ਹੁਕਮ ਹੈ। ਮੈਂ ਟੂ ਜੂਨੀਅਰ ਟੂ ਜੂਨੀਅਰ ਹਾਈਪਰ ਕਿਉਂ ਹੋ ਰਹੇ ਹਨ? ਇਹ ਜੀ ਵੀ ਜੇਲ੍ਹਾਂ ਦੀ ਮੁਲਾਕਾਤ ਬੀਪੀ ਦਾ ਕੋਈ ਪ੍ਰੋਬਲਮ ਤਾਂ ਨਹੀਂ ਹੋ ਰਹੀ? ਮੈਨੂੰ ਕੋਈ ਬੀਪੀ ਸ਼ੂਗਰ ਨਹੀਂ ਹੈ ਸਰ। ਮਾਨ ਸਾਹਿਬ ਵਰਗੇ ਬਿਮਾਰੀ ਤਾਂ ਨਹੀਂ ਲੱਗੀ ਕੋਈ? ਆ ਫਿਰ ਹੌਸਲੇ ਨਾਲ ਗੱਲ ਕਰੋ। पत्रकारों के नाल गलबात करदियां बिक्रम मजीठिया ने कहा कि वह हर तरह की लोड़ींदी कार्रवाई पूरी करके भाई राजूआणा नूं मिलन लई पहुंचे ने, पर लगता है कि सूबा सरकार के मोढ़ी मुख्यमंत्री मान अते होरां दे वलों दबाव पैण तों बाद जेल प्रशासन ने यह फैसला लिया ते उन्हां नूं मुलाकात लई समा नहीं दिता गया। देखो इस तरह जी, श्री अकाल तख्त साहब दे हुकम ਨੂੰ ਮੰਨਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ ਨੂੰ ਕੁਛ ਦਿਨ ਪਹਿਲਾਂ ਮਿਲ ਕੇ ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਹੋਏ ਸਨ ਔਰ ਉਸ ਹੁਕਮਨਾਮਾ ਨੂੰ ਮੰਨਦੇ ਹੋਏ ਅੱਜ ਅਸੀਂ ਕੇਂਦਰੀ ਜੇਲ੍ਹ ਪਟਿਆਲੇ ਪ੍ਰੋਪਰ ਡਿਊ ਪ੍ਰੋਸੈਸ ਨੂੰ ਫੋਲੋ ਕਰਦੇ ਹੋਏ ਜੋ ਪਹਿਲਾਂ ਪ੍ਰੋਸੈਸ ਫੋਲੋ ਹੋਇਆ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ADGP ਜੇਲ੍ਹ ਤੋਂ ਪਰਮਿਸ਼ਨ ਮੰਗੀ ਔਰ ADGP ਜੇਲ੍ਹ ਦੀ ਪਰਮਿਸ਼ਨ ਤੋਂ ਬਾਅਦ ਉਹ ਕੇਂਦਰੀ ਜੇਲ੍ਹ 'ਚ ਪਹੁੰਚੇ ਔਰ ਮੁਲਾਕਾਤ ਹੋਈ ਤੁਹਾਡੇ ਸਾਰਿਆਂ ਦੇ ਸਾਹਮਣੇ। ਅੱਜ ਅਸੀਂ ਵੀ ਉਹੀ ਪ੍ਰੋਸੈਸ ਨੂੰ ਫੋਲੋ ਕਰਦੇ ਹੋਏ ADGP ਜੇਲ੍ਹ ਨੇ ਸਪਸ਼ਟ ਕਹਿਤਾ ਕਿ ਤੁਹਾਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ, ਤੁਸੀਂ ਜਾ ਕੇ ਉੱਥੇ ਮੁਲਾਕਾਤ ਕਰ ਸਕਦੇ ਹੋ। ਉਹ ਮਨਜ਼ੂਰੀ ਲੈ ਕੇ ਪ੍ਰੋਪਰਲੀ ਗੱਲਬਾਤ ਕਰਕੇ ਅੱਜ ਇੱਥੇ ਆਏ, ਮਗਰ ਪਤਾ ਨਹੀਂ ਇਹਨਾਂ ਨੂੰ ਫੌਰੀ ਤੌਰ 'ਤੇ ਜੇਲ੍ਹ ਮਿਨਿਸਟਰ, ਹੋਮ ਮਿਨਿਸਟਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਹੜਾ ਫੋਨ ਆ ਗਿਆ? ਜਾਂ ਤਾਂ ਕੱਲ ਪਰਸੋਂ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਉਸ ਗੱਲ ਦਾ ਗੁੱਸਾ, ਜਾਂ ਇਹਨਾਂ ਦੀ ਪਾਲਿਸੀ ਹੈ ਬੰਦੀ ਸਿੰਘਾਂ ਦੇ ਪ੍ਰਤੀ ਜਿਹੜੀ, ਉਹ ਕਾਰਨ ਬਣਿਆ ਹੈ ਤਾਂ ਉਹ ਦੱਸ ਸਕਦੇ ਹੈ। ਮਗਰ ਪਰਮਿਸ਼ਨ ਮਿਲਣ ਤੋਂ ਬਾਅਦ ਜੇ ਅਸੀਂ ਅੱਜ ਮੁਲਾਕਾਤ ਲਈ ਆਏ ਹਾਂ, ਮੁਲਾਕਾਤ ਦੀ ਮਨਜ਼ੂਰੀ ਸੀ, ਮੈਨੂੰ ਇਹ ਕਿਹਾ ਵੀ ਗਿਆ ਸੀ ਤੁਸੀਂ ਆ ਜਿਓ ਜੀ ਤੁਹਾਨੂੰ ਮਿਲਾ ਦਿਆਂਗੇ, ਮਗਰ ਇੱਥੇ ਆ 144 ਕੱਲੀ ਨਹੀਂ ਲਾਈ, ਬੈਰੀਕੇਡਿੰਗ ਕਰਕੇ ਹਾਲਾਤ ਇਹ ਜੇ ਬਣਾ ਤੇ ਕਿ ਇਹਨਾਂ ਨੂੰ ਮਿਲਣ ਨਹੀਂ ਦੇਣਾ। ਭਾਈ ਜੇਲ੍ਹਾਂ 'ਚ ਕਿਸੇ ਵੀ ਕੈਦੀ ਨੂੰ, ਔਰ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਕੋਈ ਸਧਾਰਨ ਕੈਦੀ ਨਹੀਂ, ਉਹ ਕੌਮ ਦਾ ਮਾਣ ਨੇ। 28 ਸਾਲ ਫਾਂਸੀ ਦੀ ਚੱਕੀ 'ਚ ਉਹਨਾਂ ਨੂੰ ਬੰਦ ਹੋ ਗਿਆ ਔਰ ਉਹਨਾਂ ਨੇ ਜੋ ਉਹਨਾਂ ਦੀ ਪਟੀਸ਼ਨ ਹੈ ਦਿੱਲੀ 'ਚ ਉਹਦੇ ਵਿਰੁੱਧ ਉਹਨਾਂ ਨੇ ਇੱਕ ਮਨ ਬਣਾਇਆ ਹੋਇਆ ਕਿ ਮੈਂ 5 ਤਰੀਕ ਤੋਂ ਭੁੱਖ ਹੜਤਾਲ 'ਤੇ ਬੈਠਣ ਲੱਗਿਆ, ਕਿ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਭਾਈ ਸਾਹਿਬ ਨੂੰ ਮਿਲ ਕੇ ਇਹ ਰਿਕੁਐਸਟ ਬੇਨਤੀ ਕਰਨਾ ਕਿ ਭਾਈ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਵੀ ਸੁਪਰੀਮ ਕੋਰਟ ਤੱਕ ਰੋਦਕੀ ਸਾਹਿਬ ਵਰਗੇ ਆਲਾ ਵਕੀਲ ਕਰਕੇ ਕੇਸ ਦੀ ਲੜਾਈ 'ਤੇ ਪੈਰਵਾਈ ਕੀਤੀ ਹੈ। ਉਸ ਵੇਲੇ ਬਾਦਲ ਸਾਹਿਬ ਨੇ ਜਦੋਂ ਸਾਡੀ ਸਰਕਾਰ ਸੀ, ਜਦੋਂ ਇਹ ਫਾਂਸੀ ਦੀ ਗੱਲ ਸੁਣਾਤੀ ਗਈ ਸੀ, ਬਾਦਲ ਸਾਹਿਬ ਉਸ ਵੇਲੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਾਰਿਆਂ ਨੂੰ ਮਿਲ ਕੇ ਵਿਧਾਨ ਸਭਾ 'ਚ ਇੱਕ ਮਤਾ ਪਾਸ ਕੀਤਾ ਸੀਗਾ ਕਿ ਸਰਕਾਰ ਚਲੀ ਜਾਵੇ ਤਾਂ ਚਲੀ ਜਾਵੇ, ਇਹ ਕੰਮ ਪੰਜਾਬ 'ਚ ਨਹੀਂ ਹੋ ਸਕਦਾ। ਅੱਜ ਉਹ ਹਾਲਾਤ ਦੁਬਾਰਾ ਤੋਂ ਬਣਾਏ ਜਾ ਰਹੇ ਆ। ਮੈਂ ਭਗਵੰਤ ਮਾਨ ਨੂੰ ਸਿੱਧੇ ਜ਼ਿੰਮੇਵਾਰ ਠਹਿਰਾਉਂ, ਜੇ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਇਸ ਭੁੱਖ ਹੜਤਾਲ 'ਚ ਬਹਿੰਦੇ ਆ, ਉਹਨਾਂ ਦੀ ਸਿਹਤ ਵਿਗੜਦੀ ਆ, ਉਹਨਾਂ ਨੂੰ ਕੋਈ ਕਿਸੇ ਤਰੀਕੇ ਦਾ ਨੁਕਸਾਨ ਹੁੰਦਾ, ਉਹਦੇ ਲਈ ਸਿੱਧੇ ਜ਼ਿੰਮੇਵਾਰ ਭਗਵੰਤ ਮਾਨ ਅਤੇ ਕੇਜਰੀਵਾਲ ਹੋਣਗੇ। ਇਹ ਗੱਲ ਉਹ ਕੰਨ 'ਚ ਪਾ ਲਵੇ। ਲਾਰੈਂਸ ਬਿਸ਼ਨੋਈ ਦੀ ਤਾਂ ਭਾਈ ਤੂੰ ਇੰਟਰਵਿਊ ਕਰਵਾ ਸਕਦਾ, ਲਾਰੈਂਸ ਬਿਸ਼ਨੋਈ ਨੂੰ ਭਗਵੰਤ ਮਾਨ ਤੂੰ ਆਲਾ ਫੈਸਿਲਿਟੀਆਂ ਦੇ ਸਕਦਾ, ਲਾਰੈਂਸ ਬਿਸ਼ਨੋਈ ਨੂੰ ਜੋ ਉਹਨੇ ਖਾਣਾ, ਜੋ ਉਹਨੇ ਪੀਣਾ,
ਜਿਹੜੀ ਜੀ ਉਹ ਸਹੂਲਤ ਪਾਲਦਾ ਉਹ ਛੱਡੋ, ਸਮਾਰਟਫੋਨ ਛੱਡੋ, ਉਹ ਜਿਹਦੀ ਮਰਜ਼ੀ ਕੰਟਰੈਕਟ ਕਿਲਿੰਗ ਆਪ ਦੀ ਫਰੌਤੀ ਲੈ ਸਕਦਾ ਤੇ ਜਿਹੜਾ ਕੌਮ ਖਾਤਰ ਲੜਦਾ ਹੋਵੇ ਉਹਨੂੰ ਅਸੀਂ ਮਿਲ ਨਹੀਂ ਸਕਦੇ। ਇਹ ਮਾਪਦੰਡ ਨੇ। ਤੁਸੀਂ ਗੱਲ ਕਰਦੇ ਸੀ ਮੁਖਤਿਆਰ ਅੰਸਾਰੀ ਦੀ, ਭਾਵੇਂ ਉਹ ਕਾਂਗਰਸ ਵੇਲੇ ਬੰਦ ਸੀ, ਰੌਲਾ ਤਾਂ ਇਹਨਾਂ ਦਾ ਵਜ਼ੀਰ ਪਾਉਂਦਾ ਸੀ ਕਿ ਅਸੀਂ ਜਨਤਕ ਕਰਾਂਗੇ ਇਨਕੁਆਇਰੀ। ਕੀ ਹੋਇਆ ਉਸ ਇਨਕੁਆਇਰੀ ਦਾ? ਕਿਉਂ ਤੁਸੀਂ ਇਹ ਜਿਹੜੇ ਸੈਂਸਿਟਿਵ ਮੁੱਦੇ ਤੇ ਆਪਦੀ ਪੋਲਿਟਿਕਸ ਕਰਦੇ ਹੋ? ਦਿੱਲੀ 'ਚ ਇੱਕ ਮੀਟਿੰਗ ਨਹੀਂ, ਦਿੱਲੀ ਦੀ ਚੀਫ ਮਿਨਿਸਟਰ ਸਾਹਿਬ ਦੀਆਂ 10 ਮੀਟਿੰਗ ਹੋ ਗਈਆਂ, ਮਗਰ ਦਵਿੰਦਰ ਭੁੱਲਰ ਸਾਹਿਬ ਨੂੰ, ਦਵਿੰਦਰਪਾਲ ਭੁੱਲਰ ਜੀ ਨੂੰ ਇਹ ਉਹਨਾਂ ਦੀ ਰਿਹਾਈ ਤੇ ਸਾਈਨ ਕਰਦੇ ਹੀ ਨਹੀਂ, ਉਹਨਾਂ ਦੀ ਜਿਹੜੀ ਉਹ ਸਜ਼ਾ ਨੂੰ ਕਿ ਇਹ ਰਿਹਾ ਹੋ ਜਾਣ, ਸਾਨੂੰ ਇਹਦੇ 'ਚ ਕੋਈ ਪ੍ਰੋਬਲਮ ਨਹੀਂ, ਉਹ ਮੀਟਿੰਗ ਨਹੀਂ ਹੋਣ ਦਿੰਦੇ। ਅੱਜ ਜੇ ਅਸੀਂ ਮੁਲਾਕਾਤ 'ਤੇ ਆਏ ਹਾਂ ਤੇ ਜੇ ਉਹਨਾਂ ਨੂੰ ਅਸੀਂ ਮਨਾਉਣ 'ਚ ਇਸ ਗੱਲ 'ਚ ਕਾਮਯਾਬ ਹੁੰਦੇ ਹਾਂ ਤੇ ਉਹ ਇਹਦੇ 'ਚ ਫਾਇਦਾ ਸਰਕਾਰ ਨੂੰ ਹੋਊਗਾ ਕਿ ਕਿਸੇ ਹੋਰ ਨੂੰ ਹੋਊਗਾ? ਤੇ ਜੇ ਉਹਨਾਂ ਦੀ ਸਿਹਤ ਵਿਗੜਦੀ ਹੈ ਤੇ ਭਾਈ ਸਾਹਿਬ ਫਿਰ ਇਹਦੇ ਲਈ ਜ਼ਿੰਮੇਵਾਰ ਸਿੱਧਾ ਭਗਵੰਤ ਮਾਨ ਹੈ ਜਿਹਨੇ ਸਾਡੀ ਅੱਜ ਇਹ ਸਾਨੂੰ ਇੱਥੇ ਰੁਕਾਇਆ। ਔਰ ਵੇਖੋ ਬੁਸ਼ਦਿਲੀ ਵੇਖੋ, ਕਮਜ਼ੋਰੀ ਵੇਖੋ, ਉਹ ਜਿਹੜੇ ਗਿੱਲ ਸਾਹਿਬ ਆਏ ਸੀ ਗੱਲ ਕਰਨ ਉਹਨਾਂ ਦਾ ਤੌਰ ਤਰੀਕਾ ਹੀ ਵੇਖ ਲਓ ਗੱਲ ਕਰਨ ਦਾ ਇਹੋ ਜਿਹਾ ਸੀ। ਫੋਨ ਆਈ ਜਾਂਦੇ ਸੀ ਮੈਨੂੰ ਲੱਗਦਾ ਮੁੱਖ ਮੰਤਰੀ ਦੇ ਵਿੱਚੋਂ ਕਿ ਬਸ ਤੂੰ ਕਹਿਤਾ ਜੋ ਕਹਿਣਾ ਮੁੜਿਆ। ਮੈਂ ਉਹਨੂੰ ਆਖਿਆ, ਮੈਂ ਭਾਈ ਤੈਨੂੰ ਫੋਨ ਸੁਣਨ ਦੀ ਕੀ ਕਾਲੀ ਹੈ, ਤੂੰ ਸਾਡੇ ਨਾਲ ਗੱਲ ਕਰ ਲੈ ਜੇ ਸਾਨੂੰ ਕੁਛ ਦੱਸਣ ਵਾਸਤੇ ਆਇਆ। ਇਸ ਤਰੀਕੇ ਦਾ ਜੋ ਰਵੱਈਆ ਐਟੀਟਿਊਡ ਅਡਾਪਟ ਕੀਤਾ ਗਿਆ ਇਹ ਮੈਂ ਇਹ ਸਮਝਦਾ ਹੈ ਦਿਸ ਇਜ਼ ਹਾਈਲੀ ਕੰਡੈਮਬਲ, ਨਿੰਦਣਯੋਗ ਹੈ। ਔਰ ਅੱਜ ਜੇ ਇਸ ਤੋਂ ਬਾਅਦ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਨੂੰ ਕੁਛ ਵੀ ਹੋਇਆ ਉਹਦਾ ਸਿੱਧੇ ਤੇ ਸਿੱਧੇ ਜ਼ਿੰਮੇਵਾਰ ਭਗਵੰਤ ਮਾਨ ਐਂਡ ਕੇਜਰੀਵਾਲ ਨੇ। ਜਿਸ ਤਰ੍ਹਾਂ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਨੇ ਸਾਰਿਆਂ ਨੂੰ ਹੀ ਅੱਜ ਦੇ ਹਾਲਾਤਾਂ ਬਾਰੇ ਕਲੀਅਰ ਕਰ ਦਿੱਤਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਅੱਜ ਇੱਥੇ ਪਹੁੰਚਿਆ ਹੈ ਤੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤੇ ਹੋਏ ਆਦੇਸ਼ ਦੇ ਅਨੁਸਾਰ ਪਾਲਣਾ ਕਰਦਾ ਹੋਇਆ ਔਰ ਸੂਬੇ ਦੇ ADGP ਕੋਲੋਂ ਪਰਮਿਸ਼ਨ ਲੈ ਕੇ ਇੱਥੇ ਪਹੁੰਚਿਆ ਹੈ। ਉਹੀ ਪਰਮਿਸ਼ਨ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲੀ ਸੀ, ਉਹੀ ਸ਼ਬਦ ਨੇ ਚਿੱਠੀ ਦੇ ਵਿੱਚ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖ ਕੇ ਪਰਮਿਸ਼ਨ ਦਿੱਤੀ ਸੀ ਤੇ ਅਸੀਂ ਵੀ ਉਸੇ ਚਿੱਠੀ ਦੇ ਆਧਾਰ ਤੇ ਸੇਮ ਚਿੱਠੀ ਸਾਨੂੰ ਜਾਰੀ ਹੋਈ ਹੈ। ਔਰ ਹੈਰਾਨੀ ਇਸ ਗੱਲ ਦੀ ਹੈ ਕਿ ਇੱਕ ਬੰਨੇ ਪਰਮਿਸ਼ਨ ਦੇ ਕੇ ਅੱਜ ਅਜਿਹਾ ਮਾਹੌਲ ਕਿਉਂ ਸਿਰਜਿਆ ਗਿਆ ਆ? ਕੀ ਮੁੱਖ ਮੰਤਰੀ ਨੂੰ ਬਾਅਦ 'ਚ ਪਤਾ ਲੱਗਾ ਕਿ ਅਕਾਲੀ ਦਲ ਦੇ ਵਫਦ ਨੂੰ ਸਾਹਿਬ ਬਿਕਰਮ ਸਿੰਘ ਮਜੀਠੀਆ ਨੂੰ ਤੇ ਦਾਸ ਨੂੰ ਜਿਹੜੀ ਹੈ ਅਜਿਹੀ ਕੋਈ ਮੁਲਾਕਾਤ ਦੀ ਪਰਮਿਸ਼ਨ ਦਿੱਤੀ ਗਈ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਨੂੰ ਗਵਾਰਾ ਨਹੀਂ ਜਾਂ ਉਹ ਚਾਹੁੰਦੇ ਨਹੀਂ? ਤੇ ਹੁਣ ਦੇਖੋ ਅਸੀਂ ਇੱਕੋ ਗੱਲ ਕੀਤੀ ਸੀ ਜਿਹੜੇ ਡਿਪਟੀ ਸੁਪਰਡੈਂਟ ਆਏ ਸੀਗੇ ਗਿੱਲ ਸਾਹਿਬ ਕਿ ਗਿੱਲ ਸਾਹਿਬ ਸਾਡੇ ਕੋਲ ਪਰਮਿਸ਼ਨ ਹੈ, ਜਾਂ ਤੇ ਪਰਮਿਸ਼ਨ ਰੱਦ ਕਰ ਦਿਓ ਤੇ ਜਾਂ ਕਹਿ ਦਿਓ ਕਿ ਮੁੱਖ ਮੰਤਰੀ ਸਾਹਿਬ ਦੇ ਹੁਕਮ ਆ ਗਏ ਹੈ ਤੇ ਇਸ ਕਰਕੇ ਜਿਹੜੀ ਮੁਲਾਕਾਤ ਨਹੀਂ ਕਰਵਾਈ ਜਾਂਦੀ। ਹੁਣ ਦੇਖੋ ਅਸੀਂ ਉਸ ਸ਼ਖਸੀਅਤ ਜਿਹਨੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਖਾਤਰ ਤੇ ਜ਼ੁਲਮ ਦੇ ਵਿਰੁੱਧ ਜਿਹੜਾ ਇਸ ਧਰਤੀ ਤੇ ਵਾਪਰਿਆ, ਜਿਹੜੀ ਇੱਕ ਜਾਤੀ ਹੋਈ ਸਿੱਖ ਕੌਮ ਦੇ ਨਾਲ ਪੰਥ ਦੇ ਨਾਲ ਉਹਦੇ ਵਿਰੁੱਧ ਪੰਜਾਬ ਪੁਲਿਸ ਦੀ ਡਿਊਟੀ ਕਰਦਿਆਂ ਹੋਇਆਂ ਆਪਣਾ ਆਪ ਜਿਹੜਾ ਹੈ ਇਸ ਪਾਸੇ ਨੂੰ ਲਾਇਆ, ਜੇ ਉਹਨਾਂ ਕੋਈ ਗੁਨਾਹ ਕੀਤਾ ਹੈ ਕਾਨੂੰਨ ਦੇ ਮੁਤਾਬਕ ਸਜ਼ਾ ਹੋ ਗਈ, 28 ਸਾਲ ਤੋਂ ਜੇਲ੍ਹ 'ਚ ਬੰਦ ਨੇ, 17 ਸਾਲ ਤੋਂ ਫਾਂਸੀ ਦੀ ਚੱਕੀ 'ਚ ਬੰਦ ਨੇ, ਅਪੀਲ ਉਹਨਾਂ ਦੀ 12 ਸਾਲ ਤੋਂ ਗ੍ਰਹਿ ਮੰਤਰਾਲੇ ਕੋਲ ਪੈਂਡਿੰਗ ਪਈ ਹੈ, ਉਹਦੇ ਉੱਤੇ ਫੈਸਲਾ ਨਹੀਂ ਲਿਆ ਜਾ ਰਿਹਾ ਤੇ ਤੁਸੀਂ ਦੱਸੋ ਫਿਰ ਜੇ ਕੋਈ ਕਦਮ ਕੋਈ ਉਹਦੇ ਜਿਹੜੇ ਪੈਰੋਕਾਰ ਆ ਜਾਂ ਜਿਹੜੇ ਉਹਦੇ ਮਗਰ ਪੈਰਵਾਈ ਕਰਨ ਵਾਲੇ ਆ ਜੇ ਤੁਸੀਂ ਉਹਨਾਂ ਨੂੰ ਵੀ ਮਿਲ ਨਹੀਂ ਦੇਣਾ, ਕੋਈ ਕਦਮ ਨਹੀਂ ਚੁੱਕਣ ਦੇਣਾ, ਇਹਦਾ ਮਤਲਬ ਤੁਸੀਂ ਜਿਹੜੇ ਆ ਬੰਦੀ ਸਿੰਘਾਂ ਦੇ ਔਰ ਖਾਸ ਕਰਕੇ ਭਾਈ ਬਲਵੰਤ ਸਿੰਘ ਰਾਜੋਆਣਾ ਵਰਗੀ ਸ਼ਖਸੀਅਤ ਜਿਹੜੇ ਫਾਂਸੀ ਦੇ ਤਖ਼ਤੇ 'ਤੇ ਖੜੋਤੇ ਹੈ ਉਹਨਾਂ ਦੇ ਤੁਸੀਂ ਦੁਸ਼ਮਣ ਜੇ, ਤਾਂ ਦੁਸ਼ਮਣ ਕੌਣ ਹੈ? ਆਮ ਆਦਮੀ ਪਾਰਟੀ ਜਿਹੜੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਰਿਹਾਈ ਦੀ ਫਾਈਲ ਹੈ ਟੇਬਲ 'ਤੇ ਪਈ ਹੈ ਜਿਹ 'ਚ ਲਿਖਿਆ ਹੈ ਕਿ ਕੇਸ ਰਿਹਾਈ ਯੋਗ ਹੈ, ਉੱਤੇ ਵੀ ਕੇਜਰੀਵਾਲ ਜਿਹੜਾ ਦਸਖਤ ਨਹੀਂ ਕਰਦਾ ਤੇ ਉਹ ਦੱਸੋ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਖੈਰ ਖਵਾ ਕਿੱਥੋਂ ਹੋਜੂਗਾ? ਕਿਉਂਕਿ ਸੋਚ ਇਸ ਤਰ੍ਹਾਂ ਦੀ ਹੈ। ਅਸੀਂ ਦੇਖੋ ਅਸੀਂ ਨਹੀਂ ਚਾਹੁੰਦੇ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਕਿਸੇ ਤਰ੍ਹਾਂ ਦੀ ਭੁੱਖ ਹੜਤਾਲ ਸ਼ੁਰੂ ਕਰਨ ਜਾਂ ਕਿਸੇ ਤਰ੍ਹਾਂ ਦਾ ਕੋਈ ਇਹੋ ਜਿਹਾ ਕਦਮ ਚੁੱਕਣ, ਪਰ ਅਸੀਂ ਤਾਂ ਅੱਜ ਉਹਨਾਂ ਨੂੰ ਦੋਵੇਂ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਤੁਸੀਂ ਕੌਮ ਦੀ ਬਹੁਤ ਵੱਡੀ ਸਤਿਕਾਰਤ ਹਸਤੀ ਜੇ, ਜਿਸ ਜਿਸ ਨੇ ਵੀ ਪੰਜਾਬ ਦੇ ਹੱਕਾਂ ਲਈ ਪੰਥ ਦੇ ਹੱਕਾਂ ਲਈ ਇਹ ਕਦਮ ਵੀ ਪੁੱਟਿਆ ਆ ਅਤੇ ਸ਼੍ਰੋਮਣੀ ਅਕਾਲੀ ਦਲ ਉਹਨੂੰ ਹਮੇਸ਼ਾ ਹੀ ਸਿਜਦਾ ਕਰਦਾ ਅਤੇ ਤੁਸੀਂ
बहुत वड्डी कुर्बानी कीती है ते असी तुहानू बेनती करदे हां कि तुसी सरमाया जे कौम दा ते वेख्या जे किते सरकारां दीआं इन्हां चालां करके सरकारां दीआं इन्हां बेइंसाफियां करके ते तुसी किते भुख हड़ताल शुरू ना करिया जे असी इह बेनती करन वास्ते आए हां उह मन्नगे पर फिर भी जे किते भाई साहब साडी बेनती ना मन्नी उहनां ने क्योंकि उह वी बहुत दृढ़ इरादे दे ने ते फिर उस नुकसान दा जिम्मेवार केवल ते केवल भगवंत मान ते केजरीवाल होऊगा ਇਹ ਜਿਹੜੇ ਆ ਪੰਜਾਬ ਸਰਕਾਰ ਹੋਊਗੀ ਪਰ ਫਿਰ ਵੀ ਅਸੀਂ ਭਾਈ ਸਾਹਿਬ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਉਹਨਾਂ ਨੂੰ ਬੇਨਤੀ ਕਰਦੇ ਕਿ ਅਜਿਹਾ ਕਦਮ ਨਾ ਚੁੱਕੋ ਪਟਵਾਰ ਸਾਹਿਬ ਸਭ ਕੁਝ ਲਿਖਤ ਤੇ ਗਿਆ ਸੀਗਾ ਜੀ ਪਰਮਿਸ਼ਨ ਤੁਸੀਂ ਹੋਰ ਗੱਲ ਵੇਖੋ ਜੀ ਉਹ ਸਤਿੰਦਰ ਜੈਨ ਦੀ ਤਾਂ ਜੇਲ੍ਹਾਂ 'ਚ ਕਰਾਉਂਦੇ ਆ ਮਾਲਸ਼ਾਂ ਜਿਹੜਾ ਉਹ ਸੰਜੇ ਸਿੰਘ ਹੈ ਉਹ ਤਰੀਕ ਭੁਗਤਣ ਆਉਂਦਾ ਅੰਮ੍ਰਿਤਸਰ ਜਿਹੜਾ ਮੈਂ ਕੇਸ ਕੀਤਾ ਉਹਨੂੰ VVIP ਫੈਸਿਲਿਟੀ ਦਿੱਤੀ ਜਾਂਦੀ ਹੈ ਕੋਰਟ ਦੀ ਅੱਖਾਂ 'ਚ ਘੱਟਾ ਪਾਇਆ ਜਾਂਦਾ ਜਿਹੜੇ ਇੱਕ ਸ਼ਰਾਬ ਘੁਟਾਲੇ 'ਚ ਬੰਦ ਨੇ ਉਹ ਵੀਡੀਓ ਤੁਸੀਂ ਸਭ ਨੇ ਵੇਖੀ ਜੈਨ ਦੀ ਅਗਲੀ ਵਾਰੀ ਅਸੀਂ ਵੀਡੀਓ ਸੰਜੇ ਸਿੰਘ ਦੀ ਵੀ ਜਨਤਕ ਕਰਾਂਗੇ ਕਿ ਕਿਵੇਂ ਸਰਕਾਰ ਉਹਦੇ ਲਈ ਰੂਲਸ ਨੂੰ ਬੈਂਡ ਕਰਦੀ ਹੈ ਜਦ ਤੁਹਾਡੇ ਆਪ ਦਾ ਕੋਈ ਮਤਲਬ ਦਾ ਬੰਦਾ ਲਾਰੈਂਸ ਬਿਸ਼ਨੋਈ ਜਾਂ ਤੁਹਾਡਾ ਕੋਈ MLA ਅੰਦਰ ਦਿੱਤਾ ਜਾਂਦਾ ਗੱਜਣ ਮਾਜਰਾ ਸੀ ਉਹਨੂੰ ਹਸਪਤਾਲ ਹੀ ਇੰਨੇ ਦਿਨ ਪਹੁੰਚਾ ਛੱਡਿਆ ਕਿ ਕਿਤੇ ED ਉਹਦੀ ਰਿਮਾਂਡ ਨਾ ਲੈ ਲਵੇ ਤੇ ਜਿਹੜਾ ਕੌਮ ਖਾਤਰ ਲੜਿਆ ਫਾਂਸੀ ਦੇ ਤਖ਼ਤੇ ਤੇ ਹੋਵੇ 27 ਸਾਲ ਮਨੁੱਖੀ ਅਧਿਕਾਰ ਵੀ ਕਹਿੰਦੇ ਕਿ 14 ਸਾਲ ਤੋਂ ਵੱਧ ਕੋਈ ਸਜ਼ਾ ਨਹੀਂ ਤੇ ਜੇ ਉਹਨੂੰ ਅਸੀਂ ਮਿਲਣ ਆ ਗਏ ਤੇ ਕਿਹੜਾ ਗੁਨਾਹ ਕਰਤਾ ਔਰ ਰਵਈਆ ਪਰਮਿਸ਼ਨ ਤੋਂ ਬਾਅਦ ਹੁਣ ਇਹਨਾਂ ਨੇ ਜੇਲ੍ਹ ਰੂਲ 'ਚ ਕਹਾਣੀ ਕੋਈ ਲੱਭਣੀ ਹੈ ਟੈਕਨੀਕਲ ਜੀ ਗੱਲ ਕਹਿ ਕੇ ਕਹਿ ਦੇਣਾ ਜੀ ਇਹ ਇਹਨਾਂ ਇਹਨਾਂ ਕਾਰਨਾਂ ਕਰਕੇ ਨਹੀਂ ਮਿਲ ਸਕੇ ਤੇ ਭਾਈ ਸਾਨੂੰ ਪਹਿਲਾਂ ਲਿਖ ਕੇ ਦੇ ਦਿੰਦੇ ਨਹੀਂ ਮਿਲ ਸਕਦੇ ਕੰਮ ਪਹਿਲਾਂ ਹੀ ਕਹਿ ਦਿੰਦੇ ADGP ਸਾਹਿਬ ਕਹਿੰਦੇ ADGP ਨੂੰ ਪ੍ਰਿਜ਼ਨ ਰੂਲ ਦਾ ਪਤਾ ਨਹੀਂ ਹੈੱਡ ਆਫ ਦਾ ਡਿਪਾਰਟਮੈਂਟ ਕੌਣ ਹੈ ADGP ਕਿ ਉਹਨੂੰ ਪ੍ਰਿਜ਼ਨ ਰੂਲ ਦਾ ਪਤਾ ਨਹੀਂ ਇਹ ਸਾਰਾ ਔਰ ਜੋ ਐਟੀਟਿਊਡ ਮਤਲਬ ਇਹ ਇਹਨਾਂ ਦੇ ਜਿਹੜੇ ਡਿਪਟੀ ਸੁਪਰਿਟੈਂਡੈਂਟ ਸਨ ਹੁਣ ਸੁਪਰਿਟੈਂਡੈਂਟ ਸਾਹਿਬ ਵੀ ਮੈਨੂੰ ਪਤਾ ਲੱਗਿਆ ਅੰਦਰ ਬੈਠੇ ਆ ਉਹਨਾਂ ਨੂੰ ਕੀ ਪ੍ਰੋਬਲਮ ਹੋ ਗਈ ਕਿਉਂ ਨਹੀਂ ਮਿਲਣ ਦੇ ਰਹੇ ਜੇਲ੍ਹਾਂ 'ਚੋਂ ਹਾਈ ਸਿਕਿਉਰਿਟੀ ਜੇਲ੍ਹਾਂ 'ਚੋਂ ਬਣਨ ਮੂਵੀਆਂ ਸਿੱਧੂ ਮੂਸੇ ਵਾਲੇ ਕਾਂਡ ਦੇ ਲੋਕ ਉੱਥੇ ਦੇਣ ਧਮਕੀਆਂ ਲੋਕਾਂ ਨੂੰ ਰੋਜ਼ ਜੇਲ੍ਹਾਂ 'ਚੋਂ ਫੋਨ ਜਾਵੇ ਫਰੋਤੀਆਂ ਦਾ ਟਾਰਗੇਟ ਕਿਲਿੰਗ ਹੋਵੇ ਉਹ ਸਭ ਉਹ ਜੇਲ੍ਹ ਰੂਲ ਦੇ ਅਨੁਕੂਲ ਆ ਉਹ ਜੇਲ੍ਹ ਰੂਲ ਦੇ ਹਿਸਾਬ ਨਾਲ ਚੱਲ ਰਿਹਾ ਕੰਮ ਜਦੋਂ ਬੰਦੀ ਸਿੰਘਾਂ ਦੀ ਗੱਲ ਆ ਜਾਂਦੀ ਹੈ ਤਾਂ ਤੁਹਾਨੂੰ ਜੇਲ੍ਹ ਰੂਲ ਚੇਤੇ ਆ ਜਾਂਦੇ ਇਹ ਐਟੀਟਿਊਡ 'ਚ ਪ੍ਰੋਬਲਮ ਹੈ ਔਰ ਇਹ ਐਟੀਟਿਊਡ ਬਦਲਣਾ ਪੈਣਾ ਚਾਹੇ ਉਹ ਸੂਬੇ ਦੀ ਸਰਕਾਰ ਹੈ ਚਾਹੇ ਸੈਂਟਰ ਦੀ ਸਰਕਾਰ ਹੈ ਇਸ ਐਟੀਟਿਊਡ ਨੂੰ ਬਦਲਣਾ ਪੈਣਾ ਕਿ ਜੇ ਬਿਲਕੁਲ ਮਾਨੂ ਦੇ ਜੇ ਉਹ ਝੂਠਾ ਸਾਧ ਉਹਨੂੰ ਪਰੋਲ ਰੋਜ਼ ਦਿੱਤੀ ਜਾ ਸਕਦੀ ਹੈ ਜਿਹਨਾਂ ਨੂੰ ਅੱਜ ਤੱਕ ਕਦੇ ਪਰੋਲਾਂ ਨਹੀਂ ਮਿਲੀਆਂ ਘਰ ਨਹੀਂ ਜਾ ਸਕੇ ਆਪਦੇ ਬਜ਼ੁਰਗਾਂ ਦੇ ਇੱਕ ਦਿਨ ਭੋਗ ਲਈ ਗਏ ਸੀ ਉਹਨਾਂ ਨੂੰ ਤੁਸੀਂ ਇਹ ਐਟੀਟਿਊਡ ਅਡਾਪਟ ਕਰੋ ਤੇ ਇਹ ਬਰਦਾਸ਼ਤ ਨਹੀਂ ਹੋਣਾ ਕਦੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਈ ਹੋ ਗਈ ਹੈ ਮਗਰ ਆਮ ਆਦਮੀ ਪਾਰਟੀ ਦੀ ਜੋ ਸੋਚ ਹੈ ਬੰਦੀ ਸਿੰਘਾਂ ਦੇ ਪ੍ਰਤੀ ਇਸ ਨੂੰ ਅਸੀਂ ਕੰਡੈਮ ਕਰਦੇ ਹਾਂ ਔਰ ਭਾਈ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਕੋਈ ਇਹੋ ਜਿਹਾ ਕਦਮ ਨਾ ਚੁੱਕਿਓ ਪੰਥ ਨੂੰ ਕੌਮ ਨੂੰ ਦੇਸ਼ ਵਿਦੇਸ਼ਾਂ 'ਚ ਬੈਠੇ ਲੋਕਾਂ ਨੂੰ ਤੁਹਾਡੇ 'ਤੇ ਮਾਣ ਹੈ ਸਾਡੀ ਬੇਨਤੀ ਨੂੰ ਅਪੀਲ ਨੂੰ ਜ਼ਰੂਰ ਪ੍ਰਵਾਨ ਕਰਿਓ ਜਿਹੜੀ ਕੱਲ੍ਹ ਭੁੱਖ ਹੜਤਾਲ ਰੱਖੀ ਹੈ ਇਸ ਨੂੰ ਕਿਰਪਾ ਕਰਕੇ ਸਾਡੀ ਬੇਨਤੀ ਨੂੰ ਸਵੀਕਾਰ ਕਰਦੇ ਹੋ ਉਹਨੂੰ ਰੱਦ ਕੀਤਾ ਜਾਵੇ ਇੱਕ ਮਜੀਠੀਆ ਸਾਹਿਬ ਪੰਜਾਬ ਸਰਕਾਰ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕੀਤੀ ਹੈ ਪਟਿਆਲਾ ਦੇ ਵਿੱਚ ਕੇਵਲ ਆਪਰੇਟਰਾਂ ਦੇ ਰਾਤੀ ਦੁਕਾਨਾਂ ਦੇ ਵਿੱਚ ਆ ਰਹੇ ਹਨ ਅੱਜ ਯਾਰ ਮੁੱਦਾ ਬੜਾ ਗੰਭੀਰ ਤੇ ਬੜਾ ਸੀਰੀਅਸ ਹੈ ਅੱਜ ਕਿਸੇ ਮੁੱਦੇ ਨੂੰ ਕਨਫਿਊਜ਼ ਨਾ ਕਰੀਏ ਮੇਰੀ ਬੇਨਤੀ ਹੈ ਜੀ ਪੰਜਾਬ ਸਰਕਾਰ ਨੂੰ ਕਿਲੋ ਦਾ ਬੋਲ ਰਹੀ ਹੈ ਜੀ ਮੇਰੀ ਬੇਨਤੀ ਹੈ ਜੀ ਤੁਸੀਂ ਕੇਂਦਰ ਦੇ ਖਿਲਾਫ ਜਾਣਦੀ ਕਰਨੀ ਸੀ ਮੇਰੀ ਬੇਨਤੀ ਇਹਨੀ ਕਾ ਕਿ ਅਸੀਂ ਭਾਈ ਬਲਵੰਤ ਸਿੰਘ ਰਾਜਵਾਨਾ ਜੀ ਨੂੰ ਦਿਲ ਦੀਆਂ ਭਾਣਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਉਹ ਜਿਹੜਾ ਉਹਨਾਂ ਨੇ ਫੈਸਲਾ ਕੀਤਾ ਆ ਜਿਹੜਾ ਉਹਨਾਂ ਐਲਾਨ ਕੀਤਾ ਆ ਉਹਨੂੰ ਜਿਹੜਾ ਆ ਕਿਸੇ ਤਰ੍ਹਾਂ ਦਾ ਸ਼ੁਰੂ ਨਾ ਕਰਨ ਉਹਨੂੰ ਮੁਲਤਵੀ ਕਰਨ ਜੇ ਉਹ ਮਹਿਸੂਸ ਕਰਨਗੇ ਅਸੀਂ ਵੀ ਉਹਨਾਂ ਦੇ ਨਾਲ ਹਾਂ ਫਿਰ ਅਸੀਂ ਵੀ ਬਾਹਰ ਭੁੱਖ ਹੜਤਾਲਾਂ ਸ਼ੁਰੂ ਕਰਾਂਗੇ ਸਾਰਾ ਕੁਛ ਕਰਾਂਗੇ ਔਰ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਸਬਰ ਦਾ ਪਿਆਲਾ ਬਹੁਤ ਭਰ ਚੁੱਕਾ ਹੈ ਅਤੇ ਹੁਣ ਹੋਰ ਸਾਡਾ ਜਿਹੜਾ ਸਬਰ ਦਾ ਇਮਤਿਹਾਨ ਨਾ ਲਓ ਔਰ ਪੰਜਾਬ ਜਿਹੜੀ ਧਰਤੀ ਹੈ ਇੱਥੇ ਭਾਈਚਾਰਕ ਸਾਂਝ ਅਮਨ ਅਮਾਨ ਇੱਥੇ ਸਮੁੱਚੇ ਪੰਜਾਬੀ ਇਕੱਲਾ ਸਿੱਖ ਭਾਈਚਾਰਾ ਨਹੀਂ ਅੱਜ ਹਿੰਦੂ ਭਾਈਚਾਰਾ ਵੀ ਮੁਸਲਮਾਨ ਭਾਈਚਾਰਾ ਵੀ ਈਸਾਈ ਭਾਈਚਾਰਾ ਵੀ
ਸਾਰੇ ਚਾਹੁੰਦੇ ਆ ਕਿ ਜਿਹੜੇ ਸਾਡੇ 30-32-32-33 ਸਾਲਾਂ ਤੋਂ ਜੇਲ੍ਹ 'ਚ ਬੈਠੇ ਅੱਜ ਪੰਜਾਬ ਦੇ ਹਾਲਾਤ ਖੁਸ਼ਗਵਾਰ ਨੇ ਉਹ ਬਾਹਰ ਆਉਣੇ ਚਾਹੀਦੇ ਆ। ਔਰ ਤੁਸੀਂ ਦੇਖੋ ਕਿ ਵੱਡੇ ਵੱਡੇ ਨਾਮੀ ਜਿਹੜੇ ਆ ਬੰਦੀ ਸਿੰਘ ਉਹ ਬਾਹਰ ਆ ਗਏ ਹੈ, ਕਿਸੇ ਤਰ੍ਹਾਂ ਦੀ ਲਾਂਡ ਆਰਡਰ ਦੀ ਪੋਜੀਸ਼ਨ ਨਹੀਂ। 2019 ਦੇ ਵਿੱਚ ਜਿਹੜੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ 550 ਸਾਲਾਂ ਦੇ ਉੱਤੇ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਜਿਹਦੇ ਵਿੱਚ 9-8 ਬੰਦੀ ਸਿੰਘਾਂ ਨੂੰ ਰਿਹਾ ਕਰਨ ਦਾ ਅਤੇ ਭਾਈ ਬਲਵੰਤ ਸਿੰਘ ਰਾਜੋਵਾਲਾ ਜੀ ਨੂੰ ਫਾਂਸੀ ਦੀ ਸਜ਼ਾ ਤੋਂ ਉਮਰ ਕੈਦ ਵਿੱਚ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਸੀ। ਉਸ ਸਮੇਂ ਵੀ ਤਾਂ ਕੇਂਦਰ ਸਰਕਾਰ ਨੇ ਜਿਹੜੀਆਂ ਸੰਬੰਧਿਤ ਸਰਕਾਰਾਂ ਸੀ ਉਹਨਾਂ ਨੇ ਏਜੰਸੀਆਂ ਕੋਲੋਂ ਇੰਟੈਲੀਜੈਂਸ ਏਜੰਸੀਆਂ ਕੋਲੋਂ ਜਿਹੜੀ ਰਿਪੋਰਟ ਲਈ ਹੋਊਗੀ, ਰਿਪੋਰਟ ਦੇ ਆਧਾਰ 'ਤੇ ਹੀ ਉਹਨਾਂ ਦੀ ਜਿਹੜੀ ਰੈਕਮੈਂਡੇਸ਼ਨ ਜਾਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ। ਇਹ ਸਭ ਡਰਾਮੇ ਕੀਤੇ ਜਾਂਦੇ, ਸਾਡੀ ਹੱਥ ਬੰਨ ਕੇ ਬੇਨਤੀ ਹੈ ਕਿ ਸਾਰਾ ਸਰਕਾਰਾਂ ਜਿਹੜਾ ਆ ਕੌਮ ਦਾ ਪੰਜਾਬੀਆਂ ਦਾ ਇਮਤਿਹਾਨ ਨਾ ਲੈਣ। ਔਰ ਭਾਈ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਸਾਹਿਬ ਕੌਮ ਤੁਹਾਡੇ ਨਾਲ ਹੈ, ਕੌਮ ਤੁਹਾਡਾ ਦੇਣ ਨਹੀਂ ਦੇ ਸਕਦੀ, ਕਿਰਪਾ ਕਰਕੇ ਅਜਿਹਾ ਕਦਮ ਨਾ ਚੁੱਕਿਆ। ਇੱਕ ਹੋਰ ਗੱਲ ਕਮਾਲ ਦੀ ਕਰਕੇ ਗਏ ਹੈ, ਜੇ ਇਹ ਗਿੱਲ ਸਾਹਿਬ ਜਿਹੜੇ ਡਿਪਟੀ ਸੁਪਰਿੰਟੈਂਡੈਂਟ ਸਾਹਿਬ ਸੀ ਕਹਿੰਦੇ ਜੀ ਅੱਜ ਨਹੀਂ ਮਿਲ ਸਕਦੇ। ਮੈਂ ਕਿਹਾ ਭਾਈ ਸਾਹਿਬ ਦੱਸ ਦਿਓ ਕਦ ਮਿਲ ਸਕਦੇ, ਉਹਦਾ ਜਵਾਬ ਕੋਈ ਨਹੀਂ, ਅੰਦਰ ਨੂੰ ਭੱਜ ਗਏ। ਮਤਲਬ ਜਾਂ ਦੱਸ ਦਿਓ ਤੁਸੀਂ ਸੋਮਵਾਰ ਨਹੀਂ, ਕੱਲ੍ਹ ਮਿਲ ਲਓ, ਮੰਗਲਵਾਰ ਮਿਲ ਲਓ, ਬੁੱਧਵਾਰ ਮਿਲ ਲਓ, ਵੀਰਵਾਰ ਮਿਲ ਲਓ, ਸ਼ੁੱਕਰਵਾਰ ਮਿਲ ਲਓ, ਸ਼ਨੀਵਾਰ ਮਿਲ ਲਓ, ਕਦੋਂ ਮਿਲ ਸਕਦੇ ਆ? ਮਤਲਬ ਕਿ ਤਾਜ਼ਾ ਤਾਜ਼ਾ ਫੋਨ ਆ ਗਿਆ ਭਗਵੰਤ ਮਾਨ ਦਾ ਤੇ ਹੁਣ ਮਿਲ ਨਹੀਂ ਸਕਦੇ। ਗੱਲ ਬੜੀ ਸਿੰਪਲ, ਕਿਤੇ ਐਜੀਪੀਸੀ ਤੋਂ ਵੀ ਨਾਰਾਜ਼ ਨਾ ਰਹੇ ਭਾਈ ਰਾਜੋਵਾਲਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਸ ਜੇ ਭਾਈ ਸਾਹਿਬ ਦਾ ਸੁਪਰੀਮ ਕੋਰਟ ਤੱਕ ਲੜਿਆ ਤੇ ਆਲਾ ਵਕੀਲ ਰੋਤਕੀ ਸਾਹਿਬ ਤੋਂ ਵੱਡਾ ਵਕੀਲ ਸ਼ਾਇਦ ਹੈ ਕੋਈ ਨਹੀਂ, ਉਸ ਨੂੰ ਕੀਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ। ਹੁਣ ਫੈਸਲਾ ਜਦੋਂ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਜਾ ਕੇ ਉੱਥੇ ਉਲਟ ਸਟੈਂਡ ਲਵੇ ਤੇ ਫੈਸਲਾ ਕੋਰਟ ਕਰਦੀ ਹੈ, ਮਗਰ ਲੜਨ 'ਚ ਪੈਰਵਾਈ ਕਰਨ 'ਚ ਕੋਈ ਕਸਰ ਨਹੀਂ ਛੱਡੀ ਗਈ। ਔਰ ਅਸੀਂ ਅੱਜ ਵੀ ਉਸੇ ਉਹ ਪੈਰਵਾਈ ਦੇ ਰੂਪ 'ਚ ਅੱਜ ਇੱਥੇ ਆਏ ਹਾਂ। ਹੁਣ ਮੈਂ ਚਾਹੂੰਗਾ ਇੱਕ ਗੱਲ ਜ਼ਰੂਰ ਕਿ ਜੋ ਗੱਲਾਂ ਬਲਟੋਆ ਸਾਹਿਬ ਤੇ ਦਾਸ ਨੇ ਰੱਖੀਆਂ ਇਹਦਾ ਜਵਾਬ ਭਗਵੰਤ ਮਾਨ ਆਪ ਦੇਵੇ। ਇਹਦੇ ਦੋ ਮਾਊ ਜੇ ਨੇ, ਇੱਕ ਪਟਿਆਲਿਓਂ ਚੰਡੀਗੜ੍ਹੋਂ ਬੋਲਦਾ, ਇੱਕ ਲੁਧਿਆਣਿਓਂ ਬੋਲਦਾ, ਉਹਨਾਂ ਦਾ ਜਵਾਬ ਨਹੀਂ ਭਾਲਦੇ ਅਸੀਂ ਜਿਹੜੇ ਇਹਨਾਂ ਦੇ ਚੀਫ ਸਪੋਕਸਪਰਸਨ ਦੋ ਲਾਏ ਆ, ਇੱਕ ਵੱਖਰੀ ਪਾਰਟੀ ਦਾ ਜਿਹਦੇ ਨਾਲ ਸਮਝੌਤਾ ਹੋਣਾ ਤੇ ਇੱਕ ਜਿਹੜਾ ਆਪਦੀ ਪਾਰਟੀ ਦਾ। ਇਸ ਲਈ ਜਵਾਬ ਆਪ ਦੇਣ ਕੀ ਢਿੱਡ ਪੀੜਾ ਭਗਵੰਤ ਮਾਨ ਨੂੰ ਸਾਡੇ ਮਿਲੇ ਦੀ, ਕੀ ਇਹੋ ਜਿਹੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਖੜੀ ਹੋ ਜਾਣੀ ਹੈ ਜੇ ਲਾਰੈਂਸ ਬਿਸ਼ਨੋਈ ਤੋਂ ਨਾ ਹੋਈ ਤੇ ਸਾਡੀ ਮੁਲਾਕਾਤ ਨਾਲ ਕਿਹੜੀ ਪ੍ਰੋਬਲਮ ਆ ਜਾਣੀ ਹੈ? ਜ਼ਰੂਰ ਸਮਝਾਉਣ ਦੀ ਕਿਰਪਾਲਤਾ ਕਰੋ। ਔਰ DGP ਸਾਹਿਬ ਨੂੰ ਵੀ ਜਾਂ ਤਾਂ ਇਹ ਪ੍ਰਿਜ਼ਨ ਰੂਲ ਪੜ੍ਹਾ ਤੇ ਜਾਣ ਜਾਂ DGP ਸਾਹਿਬ ਇਹਨਾਂ ਨੂੰ ਪੜ੍ਹਾ ਦੇਣ, ਕੋਈ ਆਪਸ 'ਚ ਬਹਿ ਕੇ ਫੈਸਲਾ ਕਰ ਲੈਣ ਕਿ ਤੁਸੀਂ ਫਿਰ ਮਨਾ ਕਰ ਦਿੰਦੇ, ਕਾਹਦੇ ਲਈ ਤੁਸੀਂ ਮਨਾ ਨਹੀਂ ਕੀਤਾ? ਕੀ ਰਣਨੀਤੀ ਰਹੂਗੀ ਜੀ? ਦੇਖੋ ਅਸੀਂ ਆਪਦਾ ਲੀਗਲ ਟੀਮ ਨਾਲ ਸਲਾਹ ਕਰਾਂਗੇ, ਹੁਣ ਜਾ ਕੇ ਨਤਮਸਤਕ ਹੋ ਕੇ ਦੁੱਖ ਨਿਵਾਰਨ ਸਾਹਿਬ ਗੁਰੂ ਦੇ ਚਰਨਾਂ 'ਚ ਨਤਮਸਤਕ ਹੋ ਕੇ ਜਾਵਾਂਗੇ, ਬਾਕੀ ਟੀਮ ਨਾਲ ਲੀਗਲ ਟੀਮ ਨਾਲ ਸਲਾਹ ਕਰਾਂਗੇ।